ਅਗਲੀ ਬੈਰ ਹੈ ਬੈਰ ਮੁਜੱਤਸ, ਮੁਸਤਫ ਇਲਨ ਫਾ ਇਲਾਤਨ, ਮੁਸਤਫ ਇਲਨ ਫਾ ਇਲਾਤਨ, ਇਹ ਇਹਦਾ ਮੁਸੰਮਨ ਸਾਲਮ ਰੂਪ ਹੁੰਦਾ। ਇਹਦੇ ਵਿੱਚ ਆਪਾਂ ਇੱਕ ਸ਼ੇਰ ਦੇਖਦੇ ਹਾਂ, ਮੁਸਤਫ ਇਲਨ ਫਾ ਇਲਾਤਨ, ਮੁਸਤਫ ਇਲਨ ਫਾ ਇਲਾਤਨ, ਜਿਸ ਸ਼ਹਿਰ ਵਿੱਚ ਲੋਕ ਸਾਰੇ ਡਰ ਕੇ ਸਦਾ ਰਹਿਣ ਯਾਰੋ, ਉਸ ਸ਼ਹਿਰ ਵਿੱਚ ਲੋਕ ਇਹ ਸਭ ਰਲ ਕੇ ਕਿਵੇਂ ਬਹਿਣ ਯਾਰੋ। ਜਿਸ ਸ਼ਹਿਰ ਵਿੱਚ ਲੋਕ ਸਾਰੇ ਡਰ ਕੇ ਸਦਾ ਰਹਿਣ ਯਾਰੋ, ਉਸ ਸ਼ਹਿਰ ਵਿੱਚ ਲੋਕ ਇਹ ਸਭ ਰਲ ਕੇ ਕਿਵੇਂ ਬਹਿਣ ਯਾਰੋ। ਇਹ ਹੈ ਜੀ ਸਾਡੀ ਬੈਰ ਮੁਜੱਤਸ ਮੁਸੰਮਨ ਸਾਲਮ। ਅਗਲੀ ਬੈਰ ਹੈ ਜੀ ਬੈਰ ਜਦੀਦ, ਇਹ ਫਾ ਇਲਾਤਨ ਅਤੇ ਮੁਸਤਫ ਇਲਨ ਦੇ ਮੇਲ ਤੋਂ ਬਣਦੀ ਆ। ਇਹਦਾ ਇੱਕ ਮੁਸੱਦਸ ਸਾਲਮ ਰੂਪ ਦੇਖਦੇ ਹਾਂ, ਫਾ ਇਲਾਤਨ ਮੁਸਤਫ ਇਲਨ, ਫਾ ਇਲਾਤਨ ਫਾ ਇਲਾਤਨ ਮੁਸਤਫ ਇਲਨ। ਇਹਦੇ ਵਿੱਚ ਇੱਕ ਸ਼ੇਰ ਦੇਖਦੇ ਹਾਂ, ਰੌਸ਼ਨੀ ਦੀ ਗੱਲ ਕਰਦੀ ਮੇਰੀ ਕਲਮ, ਨੇਰ ਤੋਂ ਨਾ ਮੂਲ ਡਰਦੀ ਮੇਰੀ ਕਲਮ, ਰੌਸ਼ਨੀ ਦੀ ਗੱਲ ਕਰਦੀ ਮੇਰੀ ਕਲਮ, ਨੇਰ ਤੋਂ ਨਾ ਮੂਲ ਡਰਦੀ ਮੇਰੀ ਕਲਮ। ਬੈਰ ਜਦੀਦ ਨੂੰ ਕਹਿੰਦੇ ਆ, ਕਾਫ਼ੀ ਨਵੀਂ ਬੈਰ ਆ, ਬਾਅਦ ਵਿੱਚ ਕੱਢੀ ਗਈ ਆ ਪਰਸ਼ਨ ਕਵਿਤਾ ਦੇ ਲਈ, ਅਤੇ ਇਹਦਾ ਫਲੋ ਬਹੁਤ ਸੋਹਣਾ ਹੁੰਦਾ, ਫਾ ਇਲਾਤਨ ਫਾ ਇਲਾਤਨ ਮੁਸਤਫ ਇਲਨ, ਅਤੇ ਇਸ ਕਰਕੇ ਬੈਰ ਉੱਦਾਂ ਪੰਜਾਬੀ ਦੇ ਵਿੱਚ ਬਹੁਤ ਵਧੀਆ ਫਿੱਟ ਆਉਂਦੀ ਆ। ਅਗਲੀ ਬੈਰ ਹੈ ਜੀ ਬੈਰ ਖਫੀਫ, ਇਹਦੇ ਵਿੱਚ ਜਿਹੜਾ ਫਾ ਇਲਾਤਨ ਆਲੇ ਦੁਆਲੇ ਚੱਲ ਜਾਣਾ, ਇਹਦਾ ਇੱਕ ਮੁਸੱਦਸ ਸਾਲਮ ਰੂਪ ਦੇਖਦੇ ਹਾਂ, ਫਾ ਇਲਾਤਨ ਮੁਸਤਫ ਇਲਨ ਫਾ ਇਲਾਤਨ, ਫਾ ਇਲਾਤਨ ਮੁਸਤਫ ਇਲਨ ਫਾ ਇਲਾਤਨ। ਇਹਦੀ ਇੱਕ ਉਦਾਹਰਣ ਦੇਖਦੇ ਹਾਂ, ਸਾਹਮਣੇ ਉਹਨਾਂ ਦੇ ਬੇਸ਼ੱਕ ਫੁੱਲ ਝੜੇ ਨੇ, ਫਿਰ ਵੀ ਮਾਲੀ ਇਸ ਬਾਗ ਦੇ ਚੁੱਪ ਰਹੇ ਨੇ, ਸਾਹਮਣੇ ਉਹਨਾਂ ਦੇ ਬੇਸ਼ੱਕ ਫੁੱਲ ਝੜੇ ਨੇ, ਫਿਰ ਵੀ ਮਾਲੀ ਇਸ ਬਾਗ ਦੇ ਚੁੱਪ ਰਹੇ ਨੇ। ਇਹ ਸਾਡੀ ਹੈ ਬੈਰ ਖਫੀਫ।